ਪੰਜਾਬ ਦੇ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਮੌਤਾਂ ਸਾਹਮਣੇ ਆਈ ਸੀ। ਹਾਲਾਂਕਿ ਇਸੇ ਵਿੱਚ ਪੰਜਾਬ ਸਰਕਾਰ ਅਤੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਲਗਾਤਾਰ ਸਖ਼ਤੀ ਕੀਤੀ ਜਾ ਰਹੀ ਹੈ, ਲਗਾਤਾਰ ਰੇਡਸ ਕੀਤੀ ਜਾ ਰਹੀ ਹੈ। ਡੇਰਾਬੱਸੀ ਦੇ ਬੇੜਾ ਪਿੰਡ ਦੇ ਵਿੱਚ ਵੀ ਰੇਡ ਕੀਤੀ ਗਈ ਹੈ, ਜਿਹਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਨੂੰ 2000 ਲੀਟਰ ਤੋਂ ਵੀ ਵੱਧ ਲਾਹਨ ਰਿਕਵਰ ਕੀਤਾ ਗਿਆ ਅਤੇ 5 ਲੀਟਰ ਤੋਂ ਵੀ ਵੱਧ ਇਲੀਸਿਟ ਲਿਕੁਅਰ ਰਿਕਵਰ ਕੀਤੀ ਗਈ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਐਕਸਾਈਜ਼ ਨੂੰ ਇੱਕ ਸੀਕਰਟ ਇਨਫੋਰਮੇਸ਼ਨ ਸੀ ਕਿ ਉਸ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਕੰਮ ਕੀਤਾ ਜਾ ਰਿਹਾ। ਜਦ ਰੇਡ ਕੀਤੀ ਗਈ, ਹਾਲਾਂਕਿ ਉੱਥੇ ਜਿੰਨੇ ਵੀ ਕਰਿੰਦੇ ਸੀ ਉਹ ਉੱਥੋਂ ਫਰਾਰ ਹੋ ਗਏ, ਲੇਕਿਨ ਕਾਫੀ ਰਿਕਵਰੀ ਇਹਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਨੂੰ ਉਹਦੇ ਵਿੱਚ ਹੋਈ ਹੈ। ਸਾਰਾ ਰਿਕਵਰ ਕਰ ਲਿਆ ਗਿਆ, 2000 ਲੀਟਰ ਲਾਹਨ ਅਤੇ ਹੋਰ ਵੀ ਕਈ ਚੀਜ਼ਾਂ ਰਿਕਵਰ ਕੀਤੀ ਗਈ ਹੈ। ਜਿਸ ਤਰ੍ਹਾਂ ਇਲੀਗਲ ਸ਼ਰਾਬ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ, ਜਿਹਦੇ ਵਿੱਚ ਸੰਗਰੂਰ 'ਚ ਕਿਸ ਤਰ੍ਹਾਂ ਵੱਡਾ ਹਾਦਸਾ ਹੋਇਆ, SIT ਬਣਾਈ ਗਈ ਹੈ, ਉਸੇ ਵਿੱਚ ਹੁਣ ਐਕਸਾਈਜ਼ ਡਿਪਾਰਟਮੈਂਟ ਲਗਾਤਾਰ ਰੇਡ ਕਰਦਾ ਨਜ਼ਰ ਆ ਰਿਹਾ। ਪੰਜਾਬ ਦੇ ਕਈ ਪਿੰਡਾਂ 'ਚ ਇੱਕ ਲਿਸਟ ਤਿਆਰ ਕੀਤੀ ਗਈ ਹੈ, ਜਿੱਥੇ ਜਿੱਥੇ ਵੀ ਸਸਪੈਕਟ ਹੈ ਜਾਂ ਜਿੱਥੇ ਜਿੱਥੇ ਵੀ ਪੁਲਿਸ ਨੂੰ ਜਾਂ ਐਕਸਾਈਜ਼ ਡਿਪਾਰਟਮੈਂਟ ਨੂੰ ਇਹਦੇ ਬਾਰੇ ਪਤਾ ਲੱਗਦਾ ਹੈ, ਨਾਲ ਦੇ ਨਾਲ ਰੇਡ ਕੀਤੀ ਜਾ ਰਹੀ ਹੈ। ਡੇਰਾਬੱਸੀ ਦੇ ਬੇੜਾ ਪਿੰਡ ਦੇ ਵਿੱਚ ਕਾਫੀ ਸਮੇਂ ਤੋਂ ਇਹ ਚੱਲ ਰਿਹਾ ਸੀਗਾ, ਜਿਹੜੀ ਪੁਲਿਸ ਨੂੰ ਤੇ ਐਕਸਾਈਜ਼ ਡਿਪਾਰਟਮੈਂਟ ਨੂੰ ਇਹਦੀ ਇਨਫੋਰਮੇਸ਼ਨ ਸੀ। ਜਦ ਰੇਡ ਕੀਤੀ ਗਈ ਤਾਂ ਕਾਫੀ ਚੀਜ਼ਾਂ ਰਿਕਵਰ ਵੀ ਕੀਤੀ ਗਈ ਹੈ। ਹਾਲਾਂਕਿ ਹੁਣ ਜਿਹੜੇ ਵੀ ਇਹ ਕਰਦੇ ਸੀਗੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਹੋਰ ਵੀ ਕੌਣ ਕੌਣ ਲੋਕ ਇਹਦੇ ਸ਼ਾਮਿਲ ਹੈ, ਕਿੱਥੇ ਕਿੱਥੇ ਅੱਗੇ ਸਪਲਾਈ ਹੁੰਦੀ ਸੀ, ਇਹ ਸਾਰੀ ਜਿਹੜੀ ਚੇਨ ਹੈ ਇਸ ਨੂੰ ਹੁਣ ਬ੍ਰੇਕ ਕਰਨ ਦੀ ਤਿਆਰੀ ਹੈ। ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਾਫ਼ ਤੌਰ 'ਤੇ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਕਈ ਥਾਵਾਂ 'ਤੇ ਜਿੱਥੇ ਜਿੱਥੇ ਮਿਲ ਰਿਹਾ ਉੱਥੇ ਰੇਡ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਗ੍ਰਿਫਤਾਰੀ ਵੀ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ। ਪੰਜਾਬ ਦੇ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਮੌਤਾਂ ਸਾਹਮਣੇ ਆਈ ਸੀ। ਹਾਲਾਂਕਿ ਇਸੇ ਵਿੱਚ ਪੰਜਾਬ ਸਰਕਾਰ ਅਤੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਲਗਾਤਾਰ ਸਖ਼ਤੀ ਕੀਤੀ ਜਾ ਰਹੀ ਹੈ, ਲਗਾਤਾਰ ਰੇਡਸ ਕੀਤੀ ਜਾ ਰਹੀ ਹੈ। ਡੇਰਾਬੱਸੀ ਦੇ ਬੇੜਾ ਪਿੰਡ ਦੇ ਵਿੱਚ ਵੀ ਰੇਡ ਕੀਤੀ ਗਈ ਹੈ, ਜਿਹਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਨੂੰ 2000 ਲੀਟਰ ਤੋਂ ਵੀ ਵੱਧ ਲਾਹਨ ਰਿਕਵਰ ਕੀਤਾ ਗਿਆ ਅਤੇ 5 ਲੀਟਰ ਤੋਂ ਵੀ ਵੱਧ ਇਲੀਸਿਟ ਲਿਕੁਅਰ ਰਿਕਵਰ ਕੀਤੀ ਗਈ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਐਕਸਾਈਜ਼ ਨੂੰ ਇੱਕ ਸੀਕਰਟ ਇਨਫੋਰਮੇਸ਼ਨ ਸੀ ਕਿ ਉਸ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਕੰਮ ਕੀਤਾ ਜਾ ਰਿਹਾ। ਜਦ ਰੇਡ ਕੀਤੀ ਗਈ, ਹਾਲਾਂਕਿ ਉੱਥੇ ਜਿੰਨੇ ਵੀ ਕਰਿੰਦੇ ਸੀ ਉਹ ਉੱਥੋਂ ਫਰਾਰ ਹੋ ਗਏ, ਲੇਕਿਨ ਕਾਫੀ ਰਿਕਵਰੀ ਇਹਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਨੂੰ ਉਹਦੇ ਵਿੱਚ ਹੋਈ ਹੈ। ਸਾਰਾ ਰਿਕਵਰ ਕਰ ਲਿਆ ਗਿਆ, 2000 ਲੀਟਰ ਲਾਹਨ ਅਤੇ ਹੋਰ ਵੀ ਕਈ ਚੀਜ਼ਾਂ ਰਿਕਵਰ ਕੀਤੀ ਗਈ ਹੈ। ਜਿਸ ਤਰ੍ਹਾਂ ਇਲੀਗਲ ਸ਼ਰਾਬ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ, ਜਿਹਦੇ ਵਿੱਚ ਸੰਗਰੂਰ 'ਚ ਕਿਸ ਤਰ੍ਹਾਂ ਵੱਡਾ ਹਾਦਸਾ ਹੋਇਆ, SIT ਬਣਾਈ ਗਈ ਹੈ, ਉਸੇ ਵਿੱਚ ਹੁਣ ਐਕਸਾਈਜ਼ ਡਿਪਾਰਟਮੈਂਟ ਲਗਾਤਾਰ ਰੇਡ ਕਰਦਾ ਨਜ਼ਰ ਆ ਰਿਹਾ। ਪੰਜਾਬ ਦੇ ਕਈ ਪਿੰਡਾਂ 'ਚ ਇੱਕ ਲਿਸਟ ਤਿਆਰ ਕੀਤੀ ਗਈ ਹੈ, ਜਿੱਥੇ ਜਿੱਥੇ ਵੀ ਸਸਪੈਕਟ ਹੈ ਜਾਂ ਜਿੱਥੇ ਜਿੱਥੇ ਵੀ ਪੁਲਿਸ ਨੂੰ ਜਾਂ ਐਕਸਾਈਜ਼ ਡਿਪਾਰਟਮੈਂਟ ਨੂੰ ਇਹਦੇ ਬਾਰੇ ਪਤਾ ਲੱਗਦਾ ਹੈ, ਨਾਲ ਦੇ ਨਾਲ ਰੇਡ ਕੀਤੀ ਜਾ ਰਹੀ ਹੈ।
ਡੇਰਾਬੱਸੀ ਦੇ ਬੇੜਾ ਪਿੰਡ ਦੇ ਵਿੱਚ ਕਾਫੀ ਸਮੇਂ ਤੋਂ ਇਹ ਚੱਲ ਰਿਹਾ ਸੀਗਾ। ਜਿਹੜੀ ਪੁਲਿਸ ਨੂੰ ਤੇ ਐਕਸਾਈਜ਼ ਡਿਪਾਰਟਮੈਂਟ ਨੂੰ ਇਹਦੀ ਇਨਫੋਰਮੇਸ਼ਨ ਸੀ, ਜਦ ਰੇਡ ਕੀਤੀ ਗਈ ਤਾਂ ਕਾਫੀ ਚੀਜ਼ਾਂ ਰਿਕਵਰ ਵੀ ਕੀਤੀ ਗਈ ਹੈ। ਹਾਲਾਂਕਿ ਹੁਣ ਜਿਹੜੇ ਵੀ ਇਹ ਕਰਦੇ ਸੀਗੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਹੋਰ ਵੀ ਕੌਣ ਕੌਣ ਲੋਕ ਇਹਦੇ ਸ਼ਾਮਿਲ ਹੈ, ਕਿੱਥੇ ਕਿੱਥੇ ਅੱਗੇ ਸਪਲਾਈ ਹੁੰਦੀ ਸੀ, ਇਹ ਸਾਰੀ ਜਿਹੜੀ ਚੇਨ ਹੈ ਇਸ ਨੂੰ ਹੁਣ ਬ੍ਰੇਕ ਕਰਨ ਦੀ ਤਿਆਰੀ ਹੈ। ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਹੋਰ ਵੀ ਕਈ ਥਾਵਾਂ ਤੇ ਜਿੱਥੇ ਜਿੱਥੇ ਮਿਲ ਰਿਹਾ ਉੱਥੇ ਰੇਡ ਕੀਤੀ ਜਾ ਰਹੀ ਹੈ, ਤੇ ਲੋਕਾਂ ਦੀ ਗ੍ਰਿਫਤਾਰੀ ਵੀ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ।